ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਆਮ ਆਦਮੀ ਪਾਰਟੀ ਪੋਸਟਰ ਲਗਵਾਉਣ ਅਤੇ ਉਤਾਰਨ ਦੇ ਮਸਲੇ ਦੇ ਵਿੱਚ ਆਹਮਣੇ ਸਾਹਮਣੇ ਆ ਖੜੇ ਨੇ। 23 ਜੂਨ ਨੂੰ ਵੋਟਾਂ ਪੈਣੀਆਂ ਅਤੇ ਉਸ ਤੋਂ ਪਹਿਲਾਂ ਦੋਨੇ ਪਾਰਟੀਆਂ ਇੱਕ ਦੂਜੇ 'ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਧੜੇ ਦੇ ਦੋਸ਼ ਨੇ ਕਿ ਉਹਨਾਂ ਨੇ ਇੱਕ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਪੋਸਟਰ ਲਗਵਾਇਆ ਸੀ ਔਰ ਉਸ ਤੋਂ ਅਗਲੇ ਦਿਨ ਬਾਅਦ ਉਸੇ ਪੋਸਟਰ 'ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣਾ ਪੋਸਟਰ ਲਗਵਾ ਦਿੱਤਾ। ਹੁਣ ਪੂਰਾ ਮਸਲਾ ਕੀ ਆ ਤੁਸੀਂ ਖੁਦ ਹੀ ਦੇਖ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਬੀਰ ਸਿੰਘ ਚਾਹਲੀ। ਆਹ ਤੁਸੀਂ ਪਿੱਛੇ ਫਲੈਕਸ ਦੇਖ ਰਹੇ ਹੋ ਆਮ ਆਦਮੀ ਪਾਰਟੀ ਵਾਲਿਆਂ ਦੀ। ਇੱਥੇ ਸਾਡੀ ਫਲੈਕਸ ਲੱਗੀ ਸੀ ਅੱਜ ਤੋਂ 4 ਦਿਨ ਪਹਿਲਾਂ ਦੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਅਤੇ ਝਾੜੂ ਵਾਲੇ ਇੰਨੇ ਗਿਰ ਗਏ ਵੀ ਜੇ ਤਾਂ 3 ਮਹੀਨੇ 'ਚ ਕੰਮ ਕਰ ਲੈਂਦੇ ਵੀ ਸਾਨੂੰ ਸਾਡੀਆਂ ਫਲੈਕਸਾਂ ਕਾਹਨੂੰ ਪਾੜਨ ਦੀ ਲੋੜ ਪੈਂਦੀ। ਸਾਡੀਆਂ ਫਲੈਕਸਾਂ ਪਾੜ ਕੇ ਤੁਸੀਂ ਆਪਦੀਆਂ ਫਲੈਕਸਾਂ ਲਾ ਰਹੇ, ਘੱਟੋ ਘੱਟ 3 ਮਹੀਨੇ ਤੁਹਾਨੂੰ ਮਿਲੇ ਨੇ। ਅਸੀਂ ਬਾਈ ਇਹ ਫਲੈਕਸ ਪਾੜ ਰਹੇ ਹਾਂ, ਸਾਡੀ ਫਲੈਕਸ ਇਹਨਾਂ ਨੇ ਪਾੜੀ ਆ। ਜਿਹੜਾ ਕੁਛ ਕਿਸੇ ਨੇ ਕਰਨਾ ਮੇਰੇ ਨਾਲ ਗੱਲ ਕਰਿਆ ਕੇ ਤੋਂ ਬਾਅਦ ਇਹਨੂੰ ਪਾੜੀ ਬੋਚ ਕੇ ਪੁੱਤ ਥੱਲੇ ਆਪਣੇ ਵਾਲੀ ਪਈ ਆ ਦੇ ਨਾ ਇਧਰਲੇ ਪਾਸੇ ਵਾਲੀ ਤਾਂ ਹੈਗੀ, ਪਰਲੇ ਪਾਸੇ ਵਾਲੀ ਆਪਾਂ ਪਾੜ ਦਾਂਗੇ। ਖਿੱਚਦੇ ਖਿੱਚਦੇ ਆ ਦੇ, ਆਹ ਦੇਖੋ ਥੱਲੋਂ ਉਹ ਬੋਚ ਕੇ ਆਪਣੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਇਹ ਉੱਤੋਂ ਦੀ ਇਹ ਲਾ ਗਏ ਵੀ ਸਰਕਾਰ ਤਾਂ ਚਲੋ ਆਪਦੀ ਆ ਹਨਾ, ਸਰਕਾਰ ਤਾਂ ਫਿਰ ਪਹਿਲਾਂ ਚੰਨੀ ਦੀ ਵੀ ਸੀ, ਪਹਿਲਾਂ ਅਕਾਲੀ ਦਲ ਦੀ ਵੀ ਸੀ, ਰੈਣੀ ਭਗਵੰਤ ਮਾਨ, ਫਿਰ ਰੈਣੀ ਉਹਦੀ ਵੀ ਨੀ ਆਈ ਦੀ। ਆ ਕਿਹੜਾ ਕੰਮ ਦਾ ਆਹ ਪੱਗ ਜੀ ਵਾਲਾ, ਹਾਂ ਇਹ ਦੂਜੇ ਪਾਸੇ ਵਾਲੀ ਵੀ ਪਾੜਿਆ। ਬੰਗ ਲੰਘ ਜਾ, ਕੁਛ ਨੀ ਹੁੰਦਾ, ਆਪਣੇ ਵੀ ਪਾੜ ਤਾਂ ਗਈ ਉਹਦੇ, ਨਵੀਂ ਲੱਗੂਗੀ ਹੁਣ ਤਾਂ, ਅਜੇ ਲੱਗੀ ਰਹੇ ਨੇ ਪਾਠੀ ਤੇ ਸਮਾਂ ਫਿਰ ਆਪਣੀ ਰਹਿਣ ਦੇ ਨਾ, ਪਰਲੇ ਪਾਸੇ ਜਾ, ਕੁਛ ਨੀ ਹੁੰਦਾ, ਐਂ ਤਾਂ ਮੁੰਡਾ ਤਕੜਾ ਹੋ। ਯਾਰ ਗਲਤ ਯਾਰ ਲਾਏ ਵੇ, ਹੈਗਾ ਹੈਗਾ ਥੋਂ ਹੱਥ ਪਾਉਣ ਨੂੰ, ਝੂਟੇ ਨਾਲ। ਹਾਂ 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 ਇਧਰਲੇ ਪਾਸੇ ਖਿੱਚ ਲਾ।